ਪ੍ਰਭੂ ਯਿਸੂ ਜੀ ਦੇ ਗੁਣਗਾਉਣ ਕਰਨ ਦੇ ਮਕਸਦ ਨਾਲ ਮਸੀਹੀ ਭਾਈਚਾਰੇ ਵੱਲੋਂ ਅੱਜ ਬੈਤੇਲ ਪ੍ਰਾਰਥਨਾ ਭਵਨ ਤਲਵੰਡੀ ਸਾਬੋ ਮਾਸਟੂਆਣਾ ਰੋਡ ਉੱਤੇ ਪਾਸਟਰ ਗੁਰਦੀਪ ਸਿਮਿਓਨ ਦੀ ਯਾਦਗਾਰੀ ਸਭਾ ਮਨਾਈ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਸਟਰ ਇਕੱਤਰ ਹੋਏ ਅਤੇ ਉਹਨਾਂ ਨੇ ਜਿੱਥੇ ਪ੍ਰਭੂ ਜੀ ਦਾ ਗੁਣਗਾਨ ਕੀਤਾ ਉੱਥੇ ਹੀ ਇੱਕ ਵਿਸ਼ਾਲ ਬਲੱਡ ਕੈਂਪ ਲਾਇਆ ਗਿਆ, ਜਿਸ ਵਿੱਚ ਮਸੀਹੀ ਭਾਈਚਾਰੇ ਦੇ ਲੋਕਾਂ ਨੇ ਵੱਧ ਚੜ੍ਹ ਕੇ ਖੂਨਦਾਨ ਕੀਤਾ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ ਔਰ ਬੜਾ ਹੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਖੂਨਦਾਨੀਆਂ ਵਿੱਚ ਉਤਸ਼ਾਹ ਦੇਖਣ ਵਾਲਾ ਸੀ ਅਤੇ ਉਹਨਾਂ ਨੇ ਇੱਕ ਦੂਜੇ ਤੋਂ ਵੱਧ ਕੇ ਖੂਨਦਾਨ ਕੀਤਾ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਖੂਨਦਾਨ ਕਰ ਰਹੇ ਹਨ। ਬਾਅਦ ਵਿੱਚ ਜੋ ਖੂਨਦਾਨ ਕੀਤਾ ਉਹਨਾਂ ਨੂੰ ਮਸੀਹੀ ਭਾਈਚਾਰੇ ਦੇ ਪਾਸਟਰ ਫਕੀਰ ਚੰਦ, ਸੁਰੀਲ ਖੁਰਾਣਾ, ਗੁਰਮੀਤ ਸਿਮਿਓਨ, ਅਜੇ ਸ਼ੇਰਜਰ, ਪੀਟਰ ਜੌਨ, ਦਿਆਨੰਦ, ਮਨਪ੍ਰੀਤ ਸਿੰਘ, ਰਜੇਸ਼ ਕੁਮਾਰ, ਵਿਨੋਦ ਕੁਮਾਰ, ਭੋਲਾ ਸਿੰਘ, ਬੂਟਾ ਸਿੰਘ, ਰੇਸ਼ਮ ਸਿੰਘ, ਅਮਰੀਕ ਸਿੰਘ, ਬਿੰਦਰਪਾਲ ਸਿੰਘ, ਜੋਗਿੰਦਰ ਸਿੰਘ ਅਤੇ ਜਸਵੀਰ ਸਿੰਘ ਜੋਗਾ ਨੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਖੂਨਦਾਨੀਆਂ ਨੇ ਭਵਿੱਖ ਵਿੱਚ ਖੂਨਦਾਨ ਕਰਨ ਦਾ ਵਾਅਦਾ ਕਰਦਾ ਹੋਇਆ ਲੋਕਾਂ ਨੂੰ ਵੱਧ ਚੜ੍ਹ ਕੇ ਖੂਨਦਾਨ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਾਸਟਰ ਸਾਹਿਬਾਨਾਂ ਅਤੇ ਖੂਨਦਾਨੀਆਂ ਨੇ ਕਿਹਾ ਕੀ ਨਾਂ ਤੁਹਾਡਾ? ਜੀ, ਮੇਰਾ ਨਾਮ ਪਾਸਟਰ ਗੁਰਮੀਤ ਸਿਮਿਓਨ। ਕੀ ਪ੍ਰੋਗਰਾਮ ਬਣਾਇਆ ਅੱਜ ਤੁਸੀਂ? ਦੇਖੋ ਵੱਡਾ ਖੂਨਦਾਨ ਕੈਂਪ ਲਾਇਆ। ਹਾਂਜੀ, ਪ੍ਰੋਗਰਾਮ ਇਹ ਹੈ, ਪਿਛਲੇ ਸਾਲ 25 ਜੁਲਾਈ ਨੂੰ ਮੇਰੇ ਮਿਸਿਸ ਗੁਰਦੀਪ ਸਿਮਿਓਨ ਜਿਹੜੇ ਸੀ ਇਹ ਸੰਸਾਰ ਨੂੰ ਛੱਡ ਕੇ ਪ੍ਰਭੂ ਦੇ ਕੋਲ ਚਲੇ ਗਏ ਸੀਗੇ। ਅੱਜ 1 ਸਾਲ ਉਹਨਾਂ ਦਾ ਪੂਰਾ ਹੋ ਗਿਆ। ਅਸੀਂ ਉਹਨਾਂ ਦੀ ਯਾਦਗਾਰੀ ਸਭਾ ਇਹ ਮਨਾ ਰਹੇ ਹਾਂ ਔਰ ਯਾਦਗਾਰੀ ਸਭਾ ਦੇ ਵਿੱਚ ਅਸੀਂ ਪ੍ਰਭੂ ਦਾ ਸਤਸੰਗ ਕੀਤਾ, ਪ੍ਰਭੂ ਦੇ ਸੰਤ ਇਸ ਜਗ੍ਹਾ 'ਤੇ ਆਏ ਆ ਔਰ ਲੋਕਾਂ ਨੂੰ ਉਤਸ਼ਾਹ ਕਰ ਰਹੇ ਆ ਔਰ ਨਾਲ ਅਸੀਂ ਬਲੱਡ ਕੈਂਪ ਦਾ ਵੀ ਆਯੋਜਨ ਕੀਤਾ ਹੈ। ਲਗਭਗ 50 ਯੂਨਿਟਾਂ ਤੋਂ ਵੱਧ ਲੋਕਾਂ ਨੇ ਖੂਨ ਦਿੱਤਾ ਹੈ ਔਰ ਮੈਂ ਚਾਹਾਂਗਾ ਸਾਰੇ ਪਰਮੇਸ਼ਵਰ ਦੇ ਦਾਸਾਂ ਦਾ, ਪਾਸਟਰ ਫਕੀਰ ਚੰਦ ਜੀ ਸਾਡੇ ਸੀਨੀਅਰ ਪਾਸਟਰ, ਪਾਸਟਰ ਸੁਸ਼ੀਲ ਖੁਰਾਣਾ ਜੀ, ਜੋ ਪਾਸਟਰ ਯੂਨਾਈਟਡ ਸੋਸ਼ਲ ਵੈਲਫੇਅਰ ਦੇ ਪ੍ਰੈਜੀਡੈਂਟ ਹੈ, ਇਹ ਸਾਰੇ ਸਾਡਾ ਸਾਥ ਦਿੱਤਾ ਔਰ ਪਾਸਟਰ ਵੈਲਫੇਅਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਸਾਰੇ ਸੇਵਕਾਂ ਦਾ ਵੀ ਧੰਨਵਾਦ ਕਰਦਾ ਜਿਹਨਾਂ ਨੇ ਸਹਿਯੋਗ ਦਿੱਤਾ ਹੈ। ਇਹਦੇ ਸਹਿਯੋਗ ਦੇ ਨਾਲ ਅੱਜ ਅਸੀਂ ਇਹ ਖੂਨਦਾਨ ਕੈਂਪ ਲਗਾ ਸਕੇ ਹਾਂ ਔਰ ਮੈਂ ਇਹਨਾਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਜਿਹਨਾਂ ਨੇ ਇਸ ਵਿੱਚ ਯੋਗਦਾਨ ਪਾਇਆ ਔਰ ਮੀਡੀਆ ਵਾਲਿਆਂ ਦਾ ਵੀ। ਕੀ ਨਾਂ ਤੁਹਾਡਾ? ਮੇਰਾ ਨਾਮ ਪਾਸਟਰ ਸੁਸ਼ੀਲ ਖੁਰਾਣਾ, ਮੈਂ ਬਠਿੰਡਾ ਤੋਂ ਹਾਂ, ਯੂਨਾਈਟਡ ਕ੍ਰਿਸਚਨ ਵੈਲਫੇਅਰ ਐਸੋਸੀਏਸ਼ਨ ਦਾ ਪ੍ਰੈਜੀਡੈਂਟ ਹਾਂ ਔਰ ਸਾਡੀ ਐਸੋਸੀਏਸ਼ਨ ਜਿਹੜੀ ਹੈ ਤਲਵੰਡੀ ਦੇ ਵਿੱਚ ਵੀ ਹੈ, ਜਿਸ ਦੇ ਪ੍ਰਧਾਨ ਪਾਸਟਰ ਗੁਰਮੀਤ ਸਿਮਿਓਨ ਜੀ ਨੇ ਔਰ ਸਮੂਹ ਪਾਸਟਰ ਸਾਹਿਬਾਨ ਤਲਵੰਡੀ ਸਾਬੋ ਦੀ ਜਗ੍ਹਾ 'ਤੇ ਮੌਜੂਦ ਨੇ ਔਰ ਜਿਸ ਤਰ੍ਹਾਂ ਅਸੀਂ ਅੱਜ ਜਾਣਦੇ ਹਾਂ ਕਿ ਸਾਡੀ ਭੈਣ ਗੁਰਦੀਪ ਕੌਰ 1 ਸਾਲ ਪਹਿਲਾਂ ਇਸ ਸੰਸਾਰ ਨੂੰ ਛੱਡ ਕੇ ਪਰਮੇਸ਼ਰ ਦੀ ਗੋਦ ਵਿੱਚ ਚਲੇ ਗਏ ਸਨ। ਅਸੀਂ ਉਹਨਾਂ ਦੀ ਅੱਜ ਯਾਦਗਾਰੀ ਸਭਾ ਤਲਵੰਡੀ ਸਾਬੋ ਦੇ ਵਿੱਚ ਬਤੇਲ ਪ੍ਰੇਅਰ ਚਰਚ ਹਾਲ ਦੇ ਵਿੱਚ ਮਨਾ ਰਹੇ ਹਾਂ ਕਿ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਕ ਬਲੱਡ ਕੈਂਪ ਲਗਾਇਆ ਹੈ ਔਰ ਤਲਵੰਡੀ ਸਾਬੋ ਦੇ ਪਾਸਟਰ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਔਰ ਇਹ ਬਲੱਡ ਕੈਂਪ ਆਯੋਜਿਤ ਕੀਤਾ ਗਿਆ ਹੈ
ਔਰ ਲਗਭਗ 50+ ਯੂਨਿਟਾਂ ਜਿਹੜੀਆਂ ਨੇ ਇੱਥੇ ਬਲੱਡ ਦੀਆਂ ਹੋ ਚੁੱਕੀਆਂ ਨੇ। ਇਹ ਪੰਜਾਬ ਕੈਂਸਰ ਹੋਸਪਿਟਲ ਬਠਿੰਡਾ ਦੇ ਵੱਲੋਂ ਆਯੋਜਿਤ ਕੀਤਾ ਗਿਆ ਗਾ। ਅਸੀਂ ਪੰਜਾਬ ਕੈਂਸਰ ਹੋਸਪਿਟਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਤਲਵੰਡੀ ਦੀ ਸਾਰੀ ਪਾਸਟ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਬਲੱਡ ਕੈਂਪ ਲੱਗਿਆ ਔਰ ਬਹੁਤ ਸਾਰੇ ਨੌਜਵਾਨ ਬੇਟੇ, ਬਹੁਤ ਸਾਰੀਆਂ ਭੈਣਾਂ ਔਰ ਬਹੁਤ ਸਾਰੇ ਬਜ਼ੁਰਗਾਂ ਨੇ ਜਿਹੜਾ ਹੈ ਇਸ ਵਿੱਚ ਸਹਿਯੋਗ ਦੇ ਕੇ ਜਿਹੜਾ ਹੈ ਖੂਨਦਾਨ ਕੀਤਾ ਹੈ। ਔਰ ਮੈਂ ਸਭ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਸੇ ਤਰ੍ਹਾਂ ਖੂਨਦਾਨ ਮਹਾਂਕਲਿਆਣ ਔਰ ਖੂਨਦਾਨ ਕਰਨ ਦੇ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਇਹ ਕੋਈ ਧਰਮ, ਕੋਈ ਜਾਤੀ, ਕੋਈ ਮਜ਼ਹਬ ਨਹੀਂ ਹੈ ਔਰ ਇਹ ਸਭ ਦੇ ਲਈ ਸਾਂਝਾ ਕੰਮ ਹੈਗਾ ਔਰ ਇਹ ਸਾਂਝੇ ਕੰਮ ਦੇ ਲਈ ਅਸੀਂ ਅੱਗੇ ਵੱਧ ਕੇ ਆਪਣਾ ਕੰਮ ਕਰੀਏ ਤਾਂ ਕਿ ਇੱਕ ਖੂਨ ਦੀ ਯੂਨਿਟ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕੀਏ। ਖੂਨਦਾਨ ਕਰਨਾ ਚਾਹੀਦਾ ਜੀ ਤੇ ਜਿਨ੍ਹਾਂ ਦੀ ਜ਼ਿੰਦਗੀ, ਜਿਨ੍ਹਾਂ ਨੂੰ ਖੂਨ ਦੀ ਲੋੜ ਹੁੰਦੀ ਹੈ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰੇ, ਸਾਡਾ ਖੂਨ ਜਿਹਨੂੰ ਵੀ ਮਿਲੇ ਉਹਦਾ ਜੀਵਨ ਬਦਲ ਜਾਏ। ਸਿਹਤ ਨੂੰ ਸਾਡੇ ਕੋਈ ਨੁਕਸਾਨ ਨਹੀਂ ਹੋਇਆ ਜੀ, ਕੁਛ ਵੀ ਨਹੀਂ ਫਰਕ ਪਿਆ ਜੀ, ਉਹ ਮੈਂ ਜ਼ਿਕਰ ਹੈ ਜੀ, ਤੰਦਰੁਸਤੀ ਹੈ ਜੀ। ਹਾਂਜੀ, ਪਹਿਲਾਂ ਵੀ ਕੀਤਾ ਜੀ, ਦੋ ਵਾਰੀ ਕੀਤਾ ਜੀ ਪਹਿਲਾਂ, ਹੁਣ ਤੀਜੀ ਵਾਰ ਸੀਗਾ ਜੀ। ਮੇਰਾ ਨਾਮ ਰੇਖਾ, ਅਸੀਂ ਸਰਦੂਲਗੜ੍ਹ ਤੋਂ ਆਏ ਹਾਂ। ਖੂਨਦਾਨ ਕਰਿਆ, ਬਹੁਤ ਆਨੰਦ ਆਇਆ ਤੇ ਕੋਈ ਵੀ ਦਿੱਕਤ, ਕੋਈ ਪਰੇਸ਼ਾਨੀ ਨਹੀਂ, ਪਰਮੇਸ਼ਵਰ ਦੀ ਦਇਆ ਨਾਲ। ਧੰਨਵਾਦ ਕਰਦੇ। ਏਦਾਂ ਕਹਿੰਦੀ ਹਾਂ ਵੀ ਖੂਨ ਦਾਨ ਕਰੋ, ਜੇ ਕੋਈ ਲੋੜਵੰਦ ਉਹਨਾਂ ਨੂੰ ਖੂਨ ਮਿਲਣਾ ਚਾਹੀਦਾ ਗਾ, ਜੇ ਆਪਣੇ ਖੂਨ ਨਾਲ ਕਿਸੇ ਨੂੰ ਜੀਵਨ ਮਿਲਦਾ ਤਾਂ ਦੇਣਾ ਚਾਹੀਦਾ ਖੂਨ, ਖੂਨ ਦੇਣ 'ਚ ਕੋਈ ਦਿੱਕਤ ਨਹੀਂ ਹੈਗੀ। ਉਹਦਾ ਧੰਨਵਾਦ। ਮੇਰਾ ਨਾਮ ਰਵਿੰਦਰ ਕੁਮਾਰ ਹੈ ਜੀ। ਖੂਨਦਾਨ ਇੱਕ ਮਹਾਦਾਨ ਹੈ ਜੀ, ਸਾਨੂੰ ਇਹ ਹਰ ਪਲ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਆਪਣੇ ਕਈ ਵੀ ਜਿਵੇਂ ਐਮਰਜੈਂਸੀ ਐਕਸੀਡੈਂਟ ਤੋਂ ਲੋੜ ਪੈਂਦੀ ਹੈ। ਨਹੀਂ ਨਹੀਂ ਕੋਈ ਫਰਕ ਨਹੀਂ ਪਿਆ, ਇਹਦੇ ਨਾਲ ਸਾਨੂੰ ਬੈਟਰ ਫੀਲ ਹੋ ਰਿਹਾ। ਹਾਂਜੀ, ਲੋਕਾਂ ਨੂੰ ਕੀ ਕਹਿਣਾ ਚਾਹੁੰਦਾ? ਮੈਂ ਦੋਸਤਾਂ ਨੂੰ ਇਹ ਕਹਿੰਦਾ ਵੱਧ ਤੋਂ ਵੱਧ ਖੂਨਦਾਨ ਕਰੋ, ਖੂਨਦਾਨ ਨਾਲ ਆਪਾਂ ਕਿਸੇ ਜ਼ਿੰਦਗੀ ਬਚਾ ਸਕਦੇ। ਇਸ ਮੌਕੇ ਸ੍ਰੀ ਜੀਸੂ ਜੀ ਦੇ ਭਗਤਾਂ ਵਿੱਚ ਬੜਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਤਲਵੰਡੀ ਸਾਬੋ ਤੋਂ ਚੜ੍ਹਦਾ ਪੰਜਾਬ ਖਬਰਨਾਮੇ ਲਈ ਲਖਵਿੰਦਰ ਨਥੇਹਾ ਦੀ ਵਿਸ਼ੇਸ਼ ਰਿਪੋਰਟ। ਦੇਖਦੇ ਰਹੋ ਚੜ੍ਹਦਾ ਪੰਜਾਬ ਖਬਰਨਾਮੇ ਦੀਆਂ ਹੋਰ ਖਬਰਾਂ, ਜੁੜੇ ਰਹੋ ਚੜ੍ਹਦਾ ਪੰਜਾਬ ਚੈਨਲ ਦੇ ਫੇਸਬੁੱਕ ਅਤੇ ਯੂਟਿਊਬ ਚੈਨਲ ਨਾਲ।